बाद वो घर आया, इन्हू डरा धमका के, मैनू नहीं पता किहड़े टाइम आया किहड़े टाइम नहीं, तो इहदे नाल रिलेशन रिलूशन बना के चले गया। ਮੈਨੂੰ ਦੱਸ ਰਿਹਾ ਕਿ ਤੁਹਾਡੇ ਨਾਲ ਦੋ ਤਿੰਨ ਵਾਰ ਘਰੇ ਜਬਰਜਨਾ ਕਰਕੇ ਗਏ। ਹਾਂਜੀ। ਤੁਸੀਂ ਤਲਾਕ ਨਹੀਂ ਦੱਸੀ ਆਪਣੇ ਘਰਦਿਆਂ ਨੂੰ? ਸਰ ਮੈਂ ਉਸ ਟਾਈਮ ਡਰਦੀ, ਮਰੀ ਨੇ ਨਹੀਂ ਦੱਸਿਆ। ਤੁਸੀਂ ਆਪ ਦੱਸ ਰਹੇ ਦੋ ਤਿੰਨ ਵਾਰ ਕਰਕੇ ਜਬਰਜਨਾ ਚਲਾ ਗਿਆ, ਫਿਰ ਇਹਨਾਂ ਨੂੰ ਘਰੇ ਆ ਕੇ ਧਮਕਾ ਕੇ ਲੈ ਕੇ ਗਿਆ, ਪਰ ਜੇ ਪਹਿਲਾਂ ਹੀ ਉਹ ਜਬਰਜਨਾ ਜਦੋਂ ਕੀਤਾ ਸੀਗਾ ਉਸ ਲਈ ਤੁਹਾਨੂੰ ਦੱਸ ਦਿੰਦਾ ਜਾਂਦਾ ਕਿਤੇ ਨਾ ਕਿਤੇ ਉਸੇ ਵੇਲੇ? ਕੋਈ ਵੀ ਲੜਕੀ ਹੈ ਜਾਂ ਚਾਹੇ ਵਾਈਫ ਆ ਸਰ, ਉਹਨੂੰ ਆਪਣਾ ਡਰ ਹੁੰਦਾ ਜੀ ਮੇਰੇ ਘਰਸਤੀ ਨਾ ਖਰਾਬ ਹੋ ਜਾਏ, ਕਿਉਂਕਿ ਦੋ ਬੱਚੇ ਨੇ। ਜਦੋਂ ਤੁਸੀਂ ਉਹਨਾਂ ਕੋਲ 20 ਦਿਨ ਰਹਿ ਕੇ ਆਏ ਆ, ਤੁਹਾਡੇ ਹੀ ਘਰ ਦੇ ਕਹਿ ਰਹੇ ਆ, ਉਦੋਂ ਬਾਅਦ ਫਿਰ ਤੁਸੀਂ ਗਏ ਹੋ, ਫਿਰ ਕਿਹੜਾ 20 ਦਿਨ ਦਾ ਤੁਸੀਂ ਚਲੋ ਉਹਨਾਂ ਨੇ ਧੱਕੇ ਨਾਲ ਰੱਖ ਲਿਆ, 20 ਦਿਨ ਤੋਂ ਬਾਅਦ ਇੱਦਾਂ ਦਾ ਕਿਹੜਾ, ਜਦ ਤੁਹਾਡੇ ਘਰਦਿਆਂ ਨੂੰ ਵੀ 20 ਦਿਨ ਤੋਂ ਬਾਅਦ ਇੱਦਾਂ ਦਾ ਕਿਹੜਾ ਧੱਕਾ ਹੋ ਗਿਆ ਜਿਹੜਾ ਤੁਸੀਂ ਦੁਬਾਰਾ ਚਲ ਗਏ? ਦੁਬਾਰਾ ਸਰ ਜਦੋਂ ਮੇਰੀ ਬੇਟੀ ਨੂੰ ਚੱਕੇਗਾ ਤਾਂ ਫਿਰ ਮੈਨੂੰ ਜਾਣਾ ਹੀ ਪਏਗਾ। ਨਕੋਦਰ ਜਾ ਕੇ, ਨਕੋਦਰ ਲੈ ਕੇ ਗਿਆ ਮੈਨੂੰ, ਉੱਥੇ ਜਾ ਕੇ ਟੈਟੂ ਕਰਵਾਇਆ। ਚਾਹੇ ਜੇ ਸਾਰਾ ਕੁਛ ਹੋਣ ਤੋਂ ਬਾਅਦ ਉੱਥੇ ਜਾ ਕੇ ਤੁਸੀਂ ਪੁੱਛ ਸਕਦੇ ਹੋ ਕਿ ਕਿਹੜੇ ਤਰੀਕੇ ਨਾਲ ਉਹਨੇ ਕਹਿੰਦਾ, ਮੈਂ ਕਿਹਾ ਮੈਂ ਨਹੀਂ ਕਰਵਾਉਣਾ ਹੈਗਾ, ਉਹਨੇ ਜ਼ਬਰਦਸਤੀ ਕਰਵਾ ਦਿੱਤਾ ਸਰ ਜੀ। ਜਬਰਜਨਾ ਤੋਂ ਬਾਅਦ ਟੈਟੂ ਵੀ ਜ਼ਬਰਦਸਤੀ ਬਣਾਇਆ ਗਿਆ ਤੁਹਾਡੇ ਕਹਿਣ ਦੇ ਮੁਤਾਬਕ। ਸੋ ਪ੍ਰਾਈਮ ਮੁੱਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਦੋਸਤੋ, ਇਸ ਟਾਈਮ ਜਿਹੜਾ ਕੀ ਆ, ਮਾਨਯੋਗ ਕਮਿਸ਼ਨਰ ਦਫ਼ਤਰ ਦੇ ਬਾਹਰ ਖੜ੍ਹੇ ਹਾਂ, ਜਿੱਥੇ ਕਿ ਇੱਕ ਮਾਮਲਾ ਆਇਆ। ਮਾਮਲਾ ਵੀ ਕੀ ਹੈ, ਇੱਕ ਮਹਿਲਾ ਦੇ ਨਾਲ ਜਬਰਜਨਾ ਹੁੰਦਾ ਆ, ਉਹ ਉਹਨਾਂ ਦਾ ਕਹਿਣਾ ਆ ਅਤੇ ਮਹਿਲਾ ਨਾਲ ਜਬਰਜਨਾ ਹੁੰਦਾ, ਪਰ ਬੀਤੇ 1.5-2 ਮਹੀਨੇ ਹੋ ਗਏ ਦਰਖਾਸਤ ਦਿੱਤੀ ਨੂੰ, ਉਹ ਹਜੇ ਤੱਕ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਉਸਦੀ ਸੋਧ ਨਹੀਂ ਲਿੱਤੀ। ਜਦਕਿ ਵੱਡੀਆਂ ਹਦਾਇਤਾਂ ਨੇ, ਜੇ ਕਿਸੇ ਮਹਿਲਾ ਨਾਲ ਜਬਰਜਨਾ ਜਾਂ ਕਿਸੇ ਤਰ੍ਹਾਂ ਦਾ ਇੰਸੀਡੈਂਸ ਹੁੰਦਾ ਤਾਂ ਪਹਿਲ ਦੇ ਆਧਾਰ 'ਤੇ ਉਹਨੂੰ ਮੈਰਿਟ ਦੇ ਹਿਸਾਬ ਨਾਲ ਕਿ ਉਹਨਾਂ ਦੀ ਦਰਖਾਸਤ ਲਿਖੀ ਜਾਵੇ ਤਾਂ ਉਹ ਅਮਲਜਾਮਾ ਪਾਇਆ ਜਾਵੇ ਅਤੇ ਉਹਨੂੰ ਅਮਲ 'ਚ ਲਿਆ ਜਾਵੇ। ਪਰ ਜਿੱਥੇ ਮਾਨਯੋਗ ਕਮਿਸ਼ਨਰ ਸਾਹਿਬ ਸਾਡੇ 24 ਘੰਟਿਆਂ ਵਿੱਚ ਹੱਲ ਕਰਦੇ ਨੇ, ਵੱਡੇ ਮਸਲਿਆਂ ਦੇ ਹੱਲ ਕਰਦੇ ਨੇ, ਪਰ ਉੱਥੇ ਜਿਹੜਾ ਕੀ ਆ, ਇਸ ਟਾਈਮ ਕੁਛ ਜਿਹੜੇ ਇੱਦਾਂ ਦੇ, ਜੇ ਥਾਣੇਦਾਰ ਕਹਿ ਦਈਏ ਜਾਂ ਫਿਰ ਕੁਛ ਮੁਲਾਜ਼ਮ ਕਹਿ ਦਈਏ, ਜਿਹੜੇ ਅਣਗੋਲੀਆਂ ਕਰਦੇ ਨੇ, ਪਰ ਕਿਤੇ ਨਾ ਕਿਤੇ ਪੁਲਿਸ ਦੀ ਛਵੀ ਜਿਹੜੀ ਕਿ ਧਰੁਮਲ ਕਰਦੇ ਨੇ, ਖਰਾਬ ਕਰਦੇ ਨੇ, ਪਰ ਮਾਨਯੋਗ CP ਸਾਹਿਬ ਦੇ ਬਾ ਹੁਕਮਾਂ ਦੇ ਅਨੁਸਾਰ ਜਿਹੜਾ ਕਿ ਪਹਿਲ ਦੇ ਆਧਾਰ 'ਤੇ ਲੋਕਾਂ ਨੂੰ ਇਨਸਾਫ ਦਵਾਇਆ ਜਾਏਗਾ, ਕਿਤੇ ਨਾ ਕਿਤੇ ਉਹਨੂੰ ਵਿੱਚ ਲੇਟ ਕੀਤਾ ਜਾਂਦਾ, ਫਿਰ ਧਰਨੇ ਪ੍ਰਦਰਸ਼ਨ ਹੁੰਦੇ ਆ, ਫਿਰ ਉਦੋਂ ਬਾਅਦ ਪਰਚੇ ਦਰਜ ਹੋ ਜਾਂਦੇ ਆ। ਜੇ ਪਹਿਲਾਂ ਹੀ ਕੋਈ ਸੁਣਵਾਈ ਹੋ ਜਾਵੇ ਤਾਂ ਉਹ ਕਿਉਂ ਨਾ ਇੱਕ ਚੰਗਾ ਮੈਸੇਜ ਸਮਾਜ ਵਿੱਚ ਜਾਵੇ। ਉਹ ਇੱਕ ਭਾਈ ਸਾਹਿਬ ਵੀ ਖੜ੍ਹੇ, ਨਾਲ ਇੱਕ ਮਹਿਲਾ ਖੜ੍ਹੀ ਆ। ਬਾਈ ਜੀ, ਕੀ ਨਾਮ ਆ ਤੁਹਾਡੇ ਵਾਈਫ ਨੇ? ਹਾਂਜੀ। ਕੀ ਨਾਮ ਇਹਨਾਂ ਦਾ? ਸਿਮਰਨਜੀਤ ਕੌਰ ਜੀ। ਕੀ ਹੋਇਆ ਸੀ ਬਾਈ ਜੀ? ਸਰ ਬੋਬੀ ਨਾਮ ਦਾ ਜਿਹੜਾ ਲੜਕਾ, ਉਹ ਮੇਰੇ ਘਰਵਾਲੀ ਨੂੰ ਵਿਆਹ ਤੋਂ ਪਹਿਲਾਂ ਹੀ ਤੰਗ ਪਰੇਸ਼ਾਨ ਕਰਦਾ ਪਿਆ ਸੀਗਾ। ਅੱਛਾ ਜੀ। ਅਤੇ ਮੇਰੇ ਵਿਆਹ ਨੂੰ 4-5 ਸਾਲ ਚੱਲਦਾ ਪਿਆ। ਦੋ ਬੇਟੀਆਂ ਨੇ ਮੇਰੀਆਂ, ਇੱਕ 4 ਸਾਲ ਦੀ ਬੇਟੀ ਆ, ਇੱਕ 1 ਸਾਲ ਦੀ ਬੇਟੀ ਆ ਜੀ। ਅਤੇ ਉਹ ਕਿਤੇ ਪਤਾ ਨਹੀਂ ਕਿਸ ਹਿਸਾਬ ਨਾਲ, ਜਸਪਾਲ ਵਾਂਗਰ ਮੈਂ ਰਹਿੰਦਾ ਕਿ ਪਤਾ ਨਹੀਂ ਮੈਨੂੰ ਕਿਵੇਂ ਉਹਦਾ, ਮੇਰੀ ਘਰਵਾਲੀ ਦਾ ਸਾਡਾ ਘਰ ਲੱਭ ਗਿਆ, ਉਹਨੂੰ ਕਿਵੇਂ ਨਹੀਂ ਇਹ ਨਹੀਂ ਪਤਾ ਮੈਨੂੰ। ਮੇਰੇ ਘਰੋਂ ਬਾਹਰ ਜਾਣ ਦੇ ਬਾਵਜੂਦ ਬਾਅਦ ਉਹ ਘਰ ਆਇਆ, ਇਹਨੂੰ ਡਰਾ ਧਮਕਾ ਕੇ, ਮੈਨੂੰ ਨਹੀਂ ਪਤਾ ਕਿਹੜੇ ਟਾਈਮ ਆਇਆ ਕਿਹੜੇ ਟਾਈਮ ਨਹੀਂ, ਅਤੇ ਇਹਦੇ ਨਾਲ ਰਿਲੇਸ਼ਨ ਰਿਲੂਸ਼ਨ ਬਣਾ ਕੇ ਚਲੇ ਗਿਆ। 2-3 ਵਾਰੀ ਬਣਾ ਕੇ ਜਾਂਦਾ ਰਿਹਾ, 1-2 ਵਾਰੀ ਆਇਆ, ਇਹਨੂੰ ਡਰਾ ਧਮਕਾ ਕੇ ਨਾਲ ਹੀ ਲੈ ਗਿਆ। ਜਵਾਕ ਨੂੰ ਮਾਰਨ ਦੀ ਧਮਕੀ ਦੇ ਕੇ, ਮੈਨੂੰ ਮਾਰਨ ਦੀ ਧਮਕੀ ਦੇ ਵੀ, ਤੇਰੇ ਆਟੋ ਚਲਾਉਂਦਾ ਮੈਂ, ਮੇਰੀ ਗੱਡੀ 'ਚ ਚਿੱਟਾ ਰਖਾ ਦੇਣਾ ਉਹਨੇ, ਜਾਂ ਮੇਰੇ ਬੱਚੇ ਮਰਵਾ ਦੇਣੇ ਆ। ਵੀ ਟੋਕੇ ਟੁਕੇ ਨਾਲ ਲੈ ਕੇ 2-4 ਮੁੰਡੇ ਘੁੰਮਦਾ ਹੀ ਰਹਿੰਦਾ ਜੀ ਹਮੇਸ਼ਾ ਜੀ। ਜਦੋਂ ਇਹ 2-3 ਵਾਰ ਜਿਹੜਾ ਤੁਸੀਂ ਦੱਸਦੇ ਹੋ, ਬੋਬੀ ਜਾਂ ਧਰਮਿੰਦਰ ਸ਼ਖਸ ਦਾ ਨਾਮ ਲੈ ਰਹੇ ਹੋ, ਇਹ ਇਹਨਾਂ ਦੇ ਜਦੋਂ ਰਿਲੇਸ਼ਨ ਬਣਾ ਗਿਆ, ਤੁਹਾਡੇ ਜਿੱਥੇ ਰਹਿ ਰਹੇ ਹੋ ਉੱਥੇ ਹੀ ਬਣਾ ਕੇ ਗਿਆ? ਹਾਂਜੀ, ਉੱਥੇ ਘਰ ਦੇ ਵਿੱਚ ਹੀ ਬਣਾ ਕੇ ਗਿਆ। ਅਤੇ ਤੁਹਾਡੀ ਵਾਈਫ ਨੇ ਦੱਸਣਾ ਵਾਜਿਬ ਨਹੀਂ ਸਮਝਿਆ? ਨਹੀਂ, ਪਹਿਲਾਂ ਮੈਨੂੰ ਡਰ ਦੀ ਵਜ੍ਹਾ ਨਾਲ ਇਹਨੇ ਕੋਈ ਗੱਲ ਨਹੀਂ ਕੀਤੀ ਜੀ। ਜੀ, ਜਦੋਂ ਇਹ ਲੈ ਗਿਆ ਫਿਰ ਤਾਂ ਸਾਰਾ ਕੁਛ ਸਾਹਮਣੇ ਸੱਚ ਹੀ ਆ ਗਿਆ ਜੀ। ਪਰ ਕਿਤੇ ਦੇਖੋ, ਅਸੀਂ ਸਾਡਾ ਕੰਮ ਇਨਸਾਫ ਦੀ ਤਹਿਤ ਤੱਕ ਜਾਣਾ, ਅਸੀਂ ਕਿਸੇ ਨੂੰ ਨਹੀਂ ਗਲਤ, ਅਸੀਂ ਤੁਹਾਡੇ ਵਾਈਫ ਨੂੰ ਵੀ ਗਲਤ ਨਹੀਂ ਕਹਿੰਦੇ, ਨਾ ਉਹਨਾਂ ਨੂੰ ਗਲਤ ਕਹਿੰਦੇ, ਕਿਉਂਕਿ ਇੱਕ ਤੱਥਾਂ ਦੇ ਹਿਸਾਬ ਨਾਲ ਗੱਲ ਕੀਤੀ। ਜੇ ਜਬਰਜਨਾ ਪਹਿਲਾਂ ਹੋਇਆ ਸੀ ਤਾਂ ਕਿਤੇ ਨਾ ਕਿਤੇ ਦੱਸਣਾ ਲਾਜ਼ਮੀ ਨਹੀਂ ਸੀਗਾ ਕਿ ਮੇਰੇ ਨਾਲ ਹੋਇਆ, ਕਿਉਂਕਿ ਇੱਕ ਤੁਸੀਂ ਆਪ ਦੱਸ ਰਹੇ 2-3 ਵਾਰ ਕਰਕੇ ਜਬਰਜਨਾ ਚਲਾ ਗਿਆ, ਫਿਰ ਇਹਨਾਂ ਨੂੰ ਘਰੇ ਆ ਕੇ ਧਮਕਾ ਕੇ ਲੈ ਕੇ ਗਿਆ। ਪਰ ਜੇ ਪਹਿਲਾਂ ਹੀ ਉਹ ਜਬਰਜਨਾ ਜਦੋਂ ਕੀਤਾ ਸੀਗਾ ਉਸ ਲਈ ਤੁਹਾਨੂੰ ਦੱਸ ਦਿੰਦਾ ਜਾਂਦਾ, ਕਿਤੇ ਨਾ ਕਿਤੇ ਉਸੇ ਵੇਲੇ? ਕੋਈ ਵੀ ਲੜਕੀ ਹੈ ਜਾਂ ਚਾਹੇ ਵਾਈਫ ਆ ਸਰ, ਉਹਨੂੰ ਆਪਣਾ ਡਰ ਹੁੰਦਾ ਜੀ ਮੇਰੇ ਘਰਸਤੀ ਨਾ ਖਰਾਬ ਹੋ ਜਾਏ, ਕਿਉਂਕਿ ਦੋ ਬੱਚੇ ਨੇ,
ਪਰ ਜਿਹੜਾ ਅੱਜ ਹੁਣ ਕਿੰਨੇ ਦਿਨਾਂ ਇਹਦੇ ਵਿੱਚ ਪਤਾ ਲੱਗਾ ਕਿ ਕਾਫੀ ਸਮੇਂ ਉੱਤੇ ਉਹਨਾਂ ਦੇ ਕੋਲ ਤੁਸੀਂ ਲੱਭ ਕੇ ਲੈ ਕੇ ਆਏ ਹੋ ਕਿੰਨੇ ਕੁ ਦਿਨ ਉਹਨਾਂ ਕੋਲ ਰਹੇ ਨੇ ਇਹ ਪਹਿਲਾਂ ਜਦੋਂ ਲੈ ਕੇ ਗਿਆ ਜੀ 20 ਦਿਨ ਰੱਖੀ ਇਹਨੇ 20 ਦਿਨਾਂ ਬਾਅਦ ਇਹਨੇ ਮੇਰਾ ਨੰਬਰ ਕਿਸੇ ਭਈਆ ਰਾਣੀ ਦੇ ਨੰਬਰ ਤੋਂ ਫੋਨ ਮੈਨੂੰ ਕਰਕੇ ਬੁਲਾਇਆ ਮੈਨੂੰ ਵੀ ਮੈਂ ਫਲਾਨੀ ਜਗ੍ਹਾ 'ਤੇ ਫਸੀ ਹੋਈ ਹਾਂ ਵੀ ਮੈਨੂੰ ਇਕੱਲਾ ਨਹੀਂ ਛੱਡਦਾ ਇੱਕ ਮਿੰਟ ਲਈ ਵੀ ਬੱਚਿਆਂ ਨੂੰ ਮਾਰਨ ਦੀ ਧਮਕੀ ਬੱਚੀ ਕਿਉਂਕਿ ਛੋਟੀ ਗੁੜੀਆ ਨਾਲ ਹੀ ਸੀਗੀ ਉਹਨੂੰ ਅਲੱਗ ਕਰਕੇ ਇਹਦੇ ਨਾਲ ਰਿਲੇਸ਼ਨ ਬਣਾਉਂਦਾ ਸੀ ਵੀ ਮੈਂ ਤੇਰਾ ਬੱਚਾ ਮਾਰ ਦੇਣਾ ਜਾਂ ਜੇ ਕੁਛ ਵੀ ਬਣਾ ਇਹਦੇ ਨਾਲ ਰਿਲੇਸ਼ਨ ਬਣਾਉਣਾ 20 ਦਿਨ ਬਾਅਦ ਕਿਸੇ ਦੇ ਫੋਨ ਤੋਂ ਫੋਨ ਇਹਨੇ ਕੀਤਾ ਮੈਂ ਇਹਨੂੰ ਚੰਡੀਗੜ੍ਹ ਰੋਡ ਤੋਂ ਲੈ ਕੇ ਆਇਆ ਵੋਕਲ ਪੁਆਇੰਟ 7 ਫੇਸ 'ਚ ਸੀ ਆਹ ਦਰਖਾਸਤਾਂ ਦਿੱਤੀਆਂ ਹੋਈਆਂ ਲਿਆਉਣ ਤੋਂ ਬਾਅਦ ਇੱਕ ਇੱਕ ਦਰਖਾਸਤ ਕਿਦਾਂ ਦਿੱਤੀ 25 ਤਰੀਕ ਦੀ ਦਰਖਾਸਤ ਆਈ 24 ਤਰੀਕ ਨੂੰ ਮੈਂ ਲੈ ਕੇ ਆਇਆ ਸੀਗਾ 25 ਤਰੀਕ ਸਾਹਨੇ ਵਾਲ ਥਾਣੇ 'ਚ SHO ਇੰਦਰਜੀਤ ਸਿੰਘ ਬੋਪਾ ਰਾਏ ਸੀਗਾ ਜੀ ਉੱਥੇ ਉਹਨਾਂ ਨੇ ਲਿਖਵਾਈ ਸੀਗੀ ਅਤੇ ਉਹੀ ਮੇਰਾ ਕੇਸ ਹੈਂਡਲ ਕਰਦੇ ਪਏ ਜਦੋਂ ਪਹਿਲਾਂ ਇਹ ਜਦੋਂ ਇਹ ਗਏ ਸੀ ਇਹ ਦਰਖਾਸਤ ਉਸ ਵੇਲੇ ਨਹੀਂ ਲਿਖਾਈ ਉਸੇ ਵੇਲੇ ਲਿਖਾਈ ਹੈ ਜੀ ਜਿੱਦਣ ਗਏ ਸੀ ਹਾਂਜੀ ਅਤੇ ਫਿਰ ਆਉਣ ਤੋਂ ਬਾਅਦ ਲਿਖਵਾਈ ਹੈ ਜੀ ਨਹੀਂ ਇਹ ਦਰਖਾਸਤ ਆਉਣ ਤੋਂ ਬਾਅਦ ਲਿਖਾਈ ਹੈ ਕਿ ਜਿੱਦਣ ਗਏ ਸੀ ਇਹਨਾਂ ਨੂੰ ਲੈ ਕੇ ਆਏ ਹਾਂਜੀ ਉਹ ਵੀ ਲਿਖਵਾਈ ਹੋਈ ਹੈ ਉੱਥੇ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਜੀ ਉਸ ਤੋਂ ਬਾਅਦ ਜਿਹੜੀ ਆਉਣ ਤੋਂ ਬਾਅਦ ਇਹਨਾਂ ਨੇ ਆਪਣੇ ਲਿਖਵਾਈ ਹੈ ਜਾ ਕੇ ਉਹਦੇ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ ਜਦੋਂ ਇਹਨਾਂ ਨੇ ਤੁਹਾਨੂੰ ਕਿਸੇ ਦੇ ਫੋਨ ਤੋਂ ਫੋਨ ਕੀਤਾ ਤੁਸੀਂ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਹੈ ਵੀ ਮੇਰੀ ਵਾਈਫ ਦਾ ਫੋਨ ਆਇਆ ਵੀ ਇੱਦਾਂ ਦਾ ਬੰਦੇ ਨੇ ਕਿਡਨੈਪ ਕਰਕੇ ਰੱਖੀ ਹੋਈ ਸੀ ਨਹੀਂ ਸਰ ਮੈਂ ਨਹੀਂ ਕੀਤੀ ਮੈਂ ਕੁਛ ਮੇਰਾ ਕੁਛ ਸਮਝ ਨਹੀਂ ਸੀ ਆ ਰਿਹਾ ਕਿਉਂਕਿ ਸੁਣਵਾਈ ਤਾਂ ਮੇਰੀ ਹੋਈ ਨਹੀਂ ਸੀ ਰਹੀ ਥਾਣੇ 'ਚ ਮੈਨੂੰ ਹੀ ਦਬਕੇ ਦੁਬਕੇ ਮਾਰ ਕੇ ਭੇਜਦੇ ਸੀ ਵੀ ਆਪਣੀ ਮਰਜ਼ੀ ਨਾਲ ਗਈ ਆ ਤੂੰ ਛੱਡ ਪਰੇ ਕੀ ਫਾਇਦਾ ਤੂੰ ਆਪਣੀ ਜ਼ਿੰਦਗੀ ਕਿ ਜੀ ਤੂੰ ਵੀ ਵਿਆਹ ਕਰਵਾ ਲਾ ਹੋਰ ਵੀ ਆਪਣੀ ਮਰਜ਼ੀ ਨਾਲ ਗਈ ਹੋਊਗੀ ਮੈਂ ਕੁਛ ਨਹੀਂ ਸੋਚਿਆ ਕਿਉਂਕਿ ਮੈਨੂੰ ਤਾਂ ਪ੍ਰਸ਼ਾਸਨ ਤੋਂ ਉਮੀਦ ਹੀ ਨਹੀਂ ਸੀ ਕੋਈ ਪੁਲਿਸ ਵਾਲੇ ਮੇਰਾ ਕੋਈ ਪੱਖ ਹੀ ਨਹੀਂ ਸੀ ਪੂਰਦੇ ਪਏ ਕੋਈ ਗੱਲ ਸੁਣਦਾ ਹੀ ਨਹੀਂ ਸੀ ਉੱਥੇ ਬੈਠ ਬੈਠ ਕੇ ਆ ਜਾਂਦਾ ਸੀਗਾ ਮੈਂ ਉਸ ਤੋਂ ਬਾਅਦ ਜਦੋਂ ਮੈਂ ਲੈ ਕੇ ਆਇਆ ਫਿਰ ਮੇਰੀ ਘਰ ਵਾਲੀ ਨੇ ਵੀ ਦਰਖਾਸਤ ਦੇ ਕੇ ਆਇਆ ਮੈਨੂੰ ਨਾਲ ਲਿਜਾ ਕੇ ਇਹ ਮੁਨਸ਼ੀ ਸਾਹਿਬ ਨੇ ਉੱਥੇ ਲਿਖੀ ਸੀਗੀ 25 ਤਰੀਕ ਫਿਰ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਉਸ ਟਾਈਮ ਕੋਈ ਕਾਰਵਾਈ ਕੀਤੀ ਹੁੰਦੀ 25 ਤਰੀਕ ਤਾਂ ਉਹ 13 ਤਰੀਕ ਨੂੰ ਦੁਬਾਰਾ ਫਿਰ ਨਾ ਲੈ ਕੇ ਜਾਂਦਾ ਇਹ 13 ਦੋ ਵਾਰੀ ਲੈ ਗਿਆ ਦੋ ਵਾਰੀ ਲੈ ਗਿਆ ਜੀ ਜਦੋਂ 20 ਦਿਨ ਰਹਿ ਗਏ ਉਦੋਂ ਬਾਅਦ ਫਿਰ ਲੈ ਕੇ ਗਿਆ ਉਦੋਂ ਬਾਅਦ ਹਾਂਜੀ ਮੇਰੇ ਕੋਲ ਮਹੀਨਾ ਰਹੀ ਹੈ ਉਦੋਂ ਬਾਅਦ ਫਿਰ ਲੈ ਗਿਆ ਮੈਂ ਗੱਲ ਇਲਜ਼ਾਮ ਨਹੀਂ ਲਾ ਰਹੇ ਜਾਂ ਅਸੀਂ ਗੱਲ ਨਹੀਂ ਕਰ ਰਹੇ ਲੱਗਦਾ ਨਹੀਂ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਕਹਿ ਰਹੇ ਸੀ ਵੀ ਇਹ ਕਹਿੰਦੇ ਵੀ ਆਪਣੀ ਮਰਜ਼ੀ ਨਾਲ ਗਈ ਆ ਧਮਕੀ ਇੱਕ ਵਾਰ ਹੁੰਦੀ ਜਦੋਂ ਤੁਹਾਡੇ ਕੋਲ ਆ ਗਈ ਹੈ ਉਦੋਂ ਬਾਅਦ ਧਮਕੀ ਨਹੀਂ ਹੁੰਦੀ ਕਿਉਂਕਿ ਧਮਕੀ ਜੇ ਇੱਕ ਵਾਰ ਤੁਹਾਨੂੰ ਪਤਾ ਹੀ ਲੱਗ ਗਿਆ ਫਿਰ ਉਦੋਂ ਬਾਅਦ ਤਾਂ ਇਹਦਾ ਮਤਲਬ ਆ ਵੀ ਆਪਾਂ ਆਪਣੀ ਮਰਜ਼ੀ ਨਾਲ ਗਏ ਜਿਹੜਾ ਬੰਦਾ ਇੱਕ ਵਾਰੀ ਧਮਕੀ ਦੇ ਸਕਦਾ ਉਹ ਵਾਰ ਵਾਰ ਨਹੀਂ ਦੇ ਸਕਦਾ ਜਿਹਨੂੰ ਮੇਰੇ ਘਰ ਦੀ ਇੰਨਾ ਤੁਹਾਨੂੰ ਲੱਗਦਾ ਕਿ ਇਹ ਸਾਡਾ ਕਾਨੂੰਨ ਇੰਨਾ ਕੁ ਗਿਰਿਆ ਹੋਇਆ ਕਿ ਸਾਡਾ ਕੀ ਸਾਡੇ ਕਾਨੂੰਨ ਦੇ ਲੱਗਦਾ ਕਿ ਮੈਨੂੰ ਸਾਹਨੇ ਥਾਣੇ ਤੋਂ ਯਕੀਨ ਹੋ ਗਿਆ ਵੀ ਕਾਨੂੰਨ ਇੰਨਾ ਗਿਰਿਆ ਹੀ ਹੋਇਆ ਜਿਹੜਾ ਗਰੀਬ ਬੰਦੇ ਦੀ ਮਦਦ ਨਹੀਂ ਕਰਦਾ ਹੈਗਾ ਪਰ ਇੱਕ ਜ਼ਿੰਦਗੀ ਪਰ ਅਸੀਂ ਇਹ ਕਹਿੰਦੇ ਹਾਂ ਸੁਣਵਾਈ ਤੇ ਸਿਫਾਰਿਸ਼ ਸਿਰਫ ਪੈਸੇ ਵਾਲੇ ਬੰਦੇ ਦੀ ਹੀ ਚੱਲਦੀ ਹੈ ਜਿਹੜਾ ਆਮ ਬੰਦਾ ਜਿਹਨੇ ਰੋਟੀ ਰੋਜ਼ ਦੀ ਕਮਾਉਣੀ ਅਤੇ ਖਾਣੀ ਉਸ ਬੰਦੇ ਦੀ ਕੋਈ ਸੁਣਵਾਈ ਨਹੀਂ ਹੈਗੀ ਧਰਮਿੰਦਰ ਜਿਹੜਾ ਬੋਬੀ ਆ ਉਹ ਕੀ ਕੰਮ ਕਰਦਾ ਉਹ ਸਰ ਚਿੱਟਾ ਚੁੱਟਾ ਵੇਚਦਾ ਜੀ ਮੁੰਡਿਆਂ ਦੇ ਨਾਲ ਗੈਂਗ ਬਣਾ ਕੇ ਕਿਸੇ ਦਾ ਫੋਨ ਫਾਨ ਖੋਹ ਲਿਆ ਇੱਦਾਂ ਹੀ ਜਾਣੀ ਟੋਕੇ ਟੋਕੇ ਲੈ ਕੇ ਹਮੇਸ਼ਾ ਘੁੰਮਦਾ ਰਹਿੰਦਾ ਮੈਮ ਕੀ ਨਾਮ ਆ ਤੁਹਾਡਾ ਸਿਮਰਨਜੀਤ ਕੌਰ ਸਿਮਰਨ ਇਹ ਜਿਹੜਾ ਤੁਸੀਂ ਦੱਸਿਆ ਕਿ ਇਹ ਤੁਹਾਡੀ ਇੱਕ ਦਰਖਾਸਤ ਆ ਸਾਡੇ ਹੱਥ ਵਿੱਚ ਇਹਦੇ ਵਿੱਚ ਲਿਖਿਆ ਵੀ ਜਿਹੜਾ ਕਿ ਬੋਬੀ ਜਾਂ ਧਰਮਿੰਦਰ ਕੋਈ ਵੀ ਉਹ ਤੁਹਾਨੂੰ ਵਿਆਹ ਤੋਂ ਪਹਿਲਾਂ ਵੀ ਤੁਹਾਡੇ ਨਾਲ ਛੇੜਖਾਨੀ ਕਰਦਾ ਹੁੰਦਾ ਕਿੰਨੀ ਦੇਰ ਉਹ ਕਰਦਾ ਰਿਹਾ ਸਰ ਮੈਂ ਸਕੂਲ ਜਾਂਦੀ ਹੁੰਦੀ ਸੀ ਉਸ ਟਾਈਮ ਮੇਰੇ ਪਿੱਛੇ ਪਿੱਛੇ ਆਉਂਦਾ ਹੁੰਦਾ ਸੀ ਉਸ ਟਾਈਮ ਕਿਹੜੇ ਸਾਲ ਦੀ ਗੱਲ ਹੈ 2018 ਦੀ 2019 'ਚ ਮੇਰੀ ਮੈਰਿਜ ਹੋਈ ਆ ਉਹਦੇ ਤੋਂ ਤੰਗ ਕਰੇ ਸੀ ਹਾਂਜੀ 2018 ਵਿੱਚ ਕਿਹੜੀ ਕਲਾਸ 'ਚ ਸੀ 9ਵੀਂ ਹਾਂਜੀ ਤੁਹਾਡੀ ਉਮਰ ਕਿੰਨੀ ਹੈ 24 2018 'ਚ ਤੁਸੀਂ 9ਵੀਂ 'ਚ ਸੀਗੇ ਅਤੇ ਤੁਹਾਡੀ ਇਸ ਟਾਈਮ ਉਮਰ 24 ਸਾਲ ਆ ਤੁਸੀਂ 23 ਸਾਲ ਜਾਣੀ ਕਿ ਤੁਸੀਂ ਤੁਹਾਡੀ ਇਸ ਟਾਈਮ 24 ਸਾਲ ਉਮਰ ਅਸਾ ਹੋਣਾ ਤੁਸੀਂ ਮੈਂ ਜਿਹੜਾ ਕਿ ਇਹ ਬੰਦੇ ਦੇ ਬਾਰੇ ਤੁਸੀਂ ਕਦੀ ਪਹਿਲਾਂ ਆਪਣੇ ਪੇਰੈਂਟਸ ਨੂੰ ਨਹੀਂ ਦੱਸਿਆ ਵੀ ਮੇਰੀ ਇਹ ਬੰਦਾ ਮੇਰੀ ਪੇਰੈਂਟਸ ਨੇ ਮੇਰੀ ਮੈਰਿਜ ਕਰਤੀ ਸੀ ਇਹਦੇ ਤੋਂ ਤੰਗ ਆ ਕੇ ਤੇ ਫਿਰ ਇਹ ਦੁਬਾਰਾ ਹੁਣ ਜਿੱਦਾਂ ਕਿੱਦਾਂ ਤੁਹਾਡੇ ਕੋਲ ਆ ਗਿਆ ਸਰ ਮੇਰੇ ਘਰ ਵਾਲੇ ਦਾ ਪਿੱਛਾ ਕਰਦੇ ਕਰਦੇ ਪਹੁੰਚ ਗਿਆ ਜਸਪਾਲ ਮੰਗਰਾ ਦਾ ਜਸਪਾਲ ਮੰਗਰਾ ਕੋਈ ਨੇੜੇ ਨਹੀਂ ਹੈਗਾ ਜੀ ਦੂਰ ਆ ਸ਼ਿਮਲਾਪੁਰੀ ਕਾਫੀ ਦੂਰ ਆ ਤੁਹਾਡੇ ਹਸਬੰਡ ਦੱਸ ਰਿਹਾ ਕਿ ਤੁਹਾਡੇ ਨਾਲ ਦੋ ਤਿੰਨ ਵਾਰ ਘਰੇ ਜਬਰਜਨਾ ਕਰਕੇ ਗਏ ਹਾਂਜੀ ਤੁਸੀਂ ਤਲਾਹ ਨਹੀਂ ਦੱਸੀ ਆਪਣੇ ਘਰਦਿਆਂ ਨੂੰ ਸਰ ਮੈਂ ਉਸ ਟਾਈਮ ਡਰਦੀ ਮਰੀ ਨੇ ਨਹੀਂ ਦੱਸਿਆ ਜਦੋਂ ਤੁਸੀਂ ਉਹਨਾਂ ਕੋਲ 20 ਦਿਨ ਰਹਿ ਕੇ ਆਏ ਆ ਤੁਹਾਡੇ ਹੀ ਘਰ ਦੇ ਕਹਿ ਰਹੇ ਆ ਉਦੋਂ ਬਾਅਦ ਫਿਰ ਤੁਸੀਂ ਗਏ ਹੋ ਹਾਂਜੀ ਫਿਰ ਕਿਹੜਾ 20 ਦਿਨ ਦਾ ਤੁਸੀਂ ਚਲੋ ਉਹਨਾਂ ਨੇ ਧੱਕੇ ਨਾਲ ਰੱਖ ਲਿਆ 20 ਦਿਨ ਤੋਂ ਬਾਅਦ ਇੱਦਾਂ ਦਾ ਕਿਹੜਾ ਜਦ ਤੁਹਾਡੇ ਘਰਦਿਆਂ ਨੂੰ ਵੀ 20 ਦਿਨ ਤੋਂ ਬਾਅਦ ਇੱਦਾਂ ਦਾ ਕਿਹੜਾ ਧੱਕਾ ਹੋ ਗਿਆ ਜਿਹੜਾ ਤੁਸੀਂ ਦੁਬਾਰਾ ਚਲ ਗਏ
दोबारा सर जो मेरी बेटी चकेगा तो फिर मैं जाना ही पेगा। पर 20 दिन तो तुम ला के घरे तो आके तो फोन करके दसता सी अपने भाई जी असि सच दाना असि किसी की जिंदगी नहीं खराब करनी। मैं किधर ही भाई जी पुलिस मैं किसी ये नहीं कह रहा जी इन्ना डिटेल कुड़ी डरी हुई है वह घर वाला साढ़े सामने है किवें गल कर रहा भाई जी एक मिनट का एक मिनट भाई जी एक मिनट का इंसाफ कई जन्मां दी तपस्या दे बराबर हुंदा। मैं नहीं कहंदा कुड़ी ने जबर जनानी होया मैं नहीं कहंदा मैं सवाल मेरे 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 सवाल भाई जी मैं जे सवाल ही ना पुछया मेरी गल नहीं सुनदे। मैं खबर करती आ आ तुसी लिख के देता एक बंदे ते परचा हो जांदा हो सकदा इन्हां दी आपसी सहमति नाल सारा कुछ होवे। अज आपां उन्हां दे अज आपां दरखास्त दे के 376 दा परचा पैंदा एक जिंदगी बर्बाद होंगी। एक दो बंद नाम कहें भी दो बंद एक ने कुड़ी चकी थी एक ने जबर जनाह किया ठीक है जी। पर की इंसाफ सानू असी जे पत्रकार साडे हाथ है माइक आ कि असी इंसाफ दी तह तक नहीं पहुंचा सकते किसी नूं बिल्कुल पहुंचा सकते हो फिर कल ही तुसी कह रहे हो छोड़ दे करो सानू सानू मेरी गल सुनो एक बार बोलन दोगे तुसी जी बोलो। मैं सिर्फ तुहानू इन्नी बेनती कीती है भी कुड़ी डरी हुई है भी छोड़ दे विच तुसी कर लो जिहड़े क्वेश्चन पुट रहे इंसाफ मैं उही कह रहा कुड़ी डरी हुई है मैं तुहानू इह गल कह रहा भी बाकी इन्वेस्टिगेशन पुलिस ने करनी हुई है जे हुण 4 अगस्त बाद आपां सीपी साहब को आए हैं इंसाफ नहीं मिले अप्रोच की सोशल वर्कर ने ह्यूमन राइट पंजाब ने ह्यूमन राइट तो भाजी ना लाया ह्यूमन राइट की होंगे मानव अधिकार लिए लड़ना जो मानव अधिकार के लिए जैसे किसी लिए कोई धक्का किसी ने होंगे गरीब ना जो किसी कोई इंसाफ नहीं मिलता जिन्हें कि सुनवाई ना हो असी खड़े हैं। मैं जलंधर तो हाँ जी ठीक है मैंने इन हसबेंड ने फोन किया ऋषि जी ने किया कि भाजी ये कुड़ी ने इंसाफ नहीं मिले भी उनका घर वाला अपनी जनानी लभ रहा उन्होंने बेचारा परेशान होया पाया मैं आके इनकी घरवाली लभाई है कल मैं ये भी गल कहना ताकि मैंने ये गल बहुत वधिया लगी भी यार कुड़ी गई होगी जो भी है मैं ताड़ी गल्ल नाल सहमत हाँ 376 का परचा भी हो जाए मैं ताड़ी मीडियम के माध्यम राही कहना तुसी मुंडा बुला लो कुड़ी अपने घर रहे दोबारा उनके पिछे ना तुसी गरंटी चक लो परचा नहीं होगा मैं गरंटी दिना जी विद कैश मैं गरंटी नहीं चकना मैं सर मैं एक गल कहता ह्यूमन राइट्स तो साड़ी कचहरियाँ तो साड़ा प्रशासन ये कानून के वह मंदिर ने ह्यूमन राइट्स में एक मानव अधिकार दर्जा सो एक संस्था आ जी जो इंसानों के हक दवादी इंसान कि एक तुहानू लगता नहीं किसी ना कि जो किसी काली दे विच एक गलत फैसला हो जाए किसी ने एक एक बंदे नाल धक्का हो जाए तो किसी काली कहते पे इस चीज़ को काली कहते पे 3 दरखास्तां उस बंदे ने दित्तियां ते 3 महीने तो बंदा खजल खराब है। मैम की तुसी श्योर हो कि ए लेडीज तुसी श्योर हो कि लेडीज अपनी मर्जी नाल नहीं गई नहीं मर्जी नाल गई एक बार पहले जबर जनाह हुंदा जबर जनाह होया 3 बारी उन्हें नहीं दस्या 20 दिन रह के आई फिर उस बाद दोबारा जांदी है जिहड़े बंदे ने एक बारी दरखास्त आके देती जिहदी कोई कार्रवाई नहीं हुई वह जबर जनाह होया ਤੇ ਤਦੇ ਦਰਖਾਸਤ ਦਿੱਤੀ ਉਹਨੇ ਜੇ ਆਪਾਂ ਇਸ ਚੀਜ਼ ਨੂੰ ਲਈਏ ਕਦੋਂ ਤੁਸੀਂ ਦਿਖਾ ਤੁਸੀਂ ਬੇਟਾ ਠੀਕ ਹੈ ਫਿਰ ਉਸ ਤੋਂ ਬਾਅਦ ਉਹਦੇ ਘਰ ਵਾਲੇ ਨੇ ਦਿੱਤੇ ਭਾਜੀ 6ਵੇਂ ਮਹੀਨੇ ਦੀ 25 ਤਰੀਕ ਨੂੰ ਇਹਨਾਂ ਨੇ ਦਰਖਾਸਤ ਦਿੱਤੀ ਸੀ ਜਦੋਂ ਇਹ ਕੁੜੀ ਨੂੰ ਲੈ ਗਿਆ ਜਬਰ ਜਨਾਹ ਹੋਇਆ ਇਹ ਥਾਣੇ ਦੀ ਗਲਤੀ ਸਾਹਨੇਵਾਲ ਦੀ ਕਿ ਉਹਨਾਂ ਨੇ ਇਹਨਾਂ ਦੇ ਹਸਬੰਡ ਖੁਦ ਕਹਿ ਰਹੇ ਆ ਵੀ ਮੈਨੂੰ ਇਹਨਾਂ ਨੇ ਉਹ ASI ਸਾਹਿਬ ਨੇ ਕਿਹਾ ਵੀ ਇਹਨਾਂ ਨੇ ਉਹਨਾਂ ਨੂੰ ਕਿਹਾ ਹੋਣਾ ਵੀ ਆਪਣੀ ਮਰਜ਼ੀ ਨਾਲ ਕਿ ਤੂੰ ਆਪਣਾ ਵਿਆਹ ਕਰਾ ਮੈਂ ਆਪਣਾ ਵਿਆਹ ਕਰਾ ਜਿਸ ਥਾਣੇ ਦੇ ਵਿੱਚ 3 ਦਰਖਾਸਤਾਂ ਹੋਣ ਉਹ ਉਹੀ ਥਾਣੇਦਾਰ ਨੂੰ ਮਾਰਕ ਹੋਈ ਜਾਵੇ ਉਹੀ ਥਾਣੇਦਾਰ ਦੂਜੀ ਪਾਰਟੀ ਨੇ ਬਹਿ ਕੇ ਕਵੇ ਇਹਨਾਂ ਨੂੰ ਕਿ ਤੇਰੀ ਜਨਾਨੀ ਗਲਤ ਹੈ ਫਿਰ ਮੈਂ ਕਹਿੰਦਾ ਦੋਵੇਂ ਗਲਤ ਆ ਜੀ ਠੀਕ ਹੈ ਜੀ ਫਿਰ ਕਾਰਵਾਈ ਦੋਨਾਂ ਤੇ ਬਣਦੀ ਜੀ ਮੈਂ ਤੁਹਾਡੀ ਇੱਕ ਗੱਲ ਨਾਲ ਸਹਿਮਤ ਹਾਂ ਤੁਸੀਂ ਕਹਿੰਦੇ ਹੋ 376 ਦਾ ਪਰਚਾ ਹੋ ਗਿਆ ਰੁਲਜੂ ਮੈਂ ਮੀਡੀਅਮ ਰਾਹੀਂ ਤੁਹਾਡੇ ਮੀਡੀਅਮ ਦੇ ਮਾਧਿਅਮ ਰਾਹੀਂ ਕਹਿੰਦਾ ਉਹਨੂੰ ਮੁੰਡੇ ਨੂੰ ਬੁਲਾਓ ਉਹਨੂੰ ਕਹੋ ਇਹਦੇ ਪਿੱਛੇ ਤੂੰ ਨਹੀਂ ਆਉਣਾ ਇਹ ਆਪਣਾ ਘਰ ਕਰੇਗੀ ਤੁਸੀਂ ਗਰੰਟੀ ਚੱਕੋ ਪਰਚਾ ਆਪਾਂ ਨਹੀਂ ਕਰਾਉਂਦੇ ਅਸੀਂ ਮੀਡੀਆ ਦਾ ਕੰਮ ਆ ਗਰੰਟੀ ਨਹੀਂ ਚੱਕਣਾ ਸਾਡਾ ਕੰਮ ਤੁਹਾਡਾ ਕੰਮ ਆ ਹਿਊਮਨ ਰਾਈਟ ਮਾਨਵ ਅਧਿਕਾਰਾਂ ਦਾ ਸਾਡਾ ਕੰਮ ਇਹ ਆ ਵੀ ਸਾਡੀ ਇੱਕ ਖਬਰ ਦੇ ਨਾਲ ਕਿਸੇ ਦੀ ਜ਼ਿੰਦਗੀ ਨਾ ਬਰਬਾਦ ਹੋ ਜਾਏ ਅਸੀਂ ਸੱਚ ਨੂੰ ਸੱਚ ਦਿਖਾਉਣਾ ਝੂਠ ਨੂੰ ਝੂਠ ਕਹਿਣਾ ਆ ਕਰਵਾ ਸਕਦੇ ਆ ਸਰ ਤੁਸੀਂ ਦੋ ਬੇਟੀ ਨਹੀਂ ਹੈ ਜੀ ਭਾਈ ਜੀ ਤੁਹਾਡੀ ਮੇਰੀ 34 ਸਾਲ ਦੀ ਹੈ ਜੀ 34 ਸਾਲ ਵਾਈਫ ਦੇ ਤੁਹਾਡੀ ਘੱਟੋ ਘੱਟ ਨਾ ਤੁਹਾਡੀ ਉਮਰ ਨਾ 10 ਦਾ ਫਸਗਾ ਪਹਿਲਾਂ ਤੁਸੀਂ ਇੱਕ ਗੱਲ ਨੂੰ ਤੁਸੀਂ ਰਿਅਲਾਈਜ਼ ਕਰਦੇ ਹੋ ਕਿ ਪਹਿਲਾਂ ਏਜ ਫੈਕਟਰ ਆ ਰਿਹਾ ਸਰ ਇਹ ਫਰਕ ਤਾਂ ਬਹੁਤ ਟਾਈਮ ਤੋਂ ਚੱਲ ਰਿਹਾ ਹੈ ਤੁਹਾਡੇ ਬਿਆਨ ਨੂੰ ਮੇਰੇ ਬਿਆਨ ਨੂੰ 5ਵਾਂ ਸਾਲ ਚੱਲਦਾ ਹੈ 5ਵਾਂ ਸਾਲ ਅੱਜ ਤੁਸੀਂ 24 ਸਾਲਾਂ ਦੇ ਕਹਿ ਰਹੇ ਹੋ 23 ਸਾਲ ਦੀ ਹੈ ਮੈਡਮ 23 ਸਾਲਾਂ ਦੇ ਆ ਮੈਮ ਜਦੋਂ ਤੁਹਾਡਾ 5 ਸਾਲ ਬਿਆਨ ਹੋ ਗਿਆ ਉਸ ਵੇਲੇ 18 ਸਾਲ ਦੀ ਨਾਬਾਲਗ ਕੁੜੀ ਸੀ ਇਹ 5 ਸਾਲ ਚੱਲਦਾ ਜੀ ਇਹਦੀ ਇਹ 19 ਸਾਲ ਦੀ ਸੀਗੀ ਜਦੋਂ ਮੇਰੇ ਨਾਬਾਲਗ ਸੀ ਉਸ ਵੇਲੇ ਕੁੜੀ ਉਹ ਤਾਂ ਸਰ ਹੋ ਜਾਂਦਾ ਬੇਟਾ ਮੈਂ ਨਹੀਂ ਕਹਿੰਦਾ ਬੇਟਾ ਤੈਨੂੰ ਵੀ ਤੇਰੇ ਨਾਲ ਗਲਤ ਨਹੀਂ ਹੋਇਆ
ਸਿਮਨ ਬਰਾਦਰੀ ਚ ਮੈਂ ਨਹੀਂ ਕਹਿੰਦਾ ਤੁਹਾਡੇ ਨਾਲ ਗਲਤ ਨਹੀਂ ਹੋਇਆ, ਪਰ ਬੇਟਾ ਤੁਹਾਡੇ ਇੱਕ ਕਦਮ ਦੇ ਨਾਲ ਜੇ ਤਾਂ ਕਿਸੇ ਤਰ੍ਹਾਂ ਗੱਲ ਗਲਤ ਹੁੰਦੀ ਤਾਂ ਉਹਨੂੰ ਕਿਹਾ ਜਾ ਸਕਦਾ ਵੀ ਮੇਰੀ ਜ਼ਿੰਦਗੀ ਨਾ ਖਰਾਬ ਕਰ, ਪਰ ਬੇਟਾ ਜੇ ਜਿਹੜਾ ਤੁਸੀਂ ਇਹ ਕਦਮ ਚੱਕਿਆ ਆ ਇਹਦੇ ਵਿੱਚ ਇੱਕ 376 ਦੀ ਧਾਰਾ ਪੈਂਦੀ ਹੈ ਕਿ ਜ਼ਿੰਦਗੀ ਖਰਾਬ ਹੁੰਦੀ, ਮੈਨੂੰ ਕਿਸੇ ਦੀ ਜ਼ਿੰਦਗੀ ਨਾਲ ਫਰਕ ਨਹੀਂ ਹੈਗਾ, ਪਰ ਇੱਕ ਮੈਂ ਮਾਨਵਤਾ ਦੇ ਕਾਰਨ ਨਾਲ ਤੁਸੀਂ ਸਹੀ ਕਹਿ ਰਹੇ ਹੋ, ਸੱਚ ਕਹਿ ਰਹੇ ਹੋ, ਹਾਂਜੀ ਸਰ। ਸੋ ਮਾਮਲਾ ਚਾਹੇ ਜੋ ਵੀ ਹੋਵੇ, ਇਹ ਕਾਗਜ਼ ਸਾਡੇ ਕੋਲ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਕੀ ਹੈ, ਇੱਕ ਸਿਮਰਨ ਨਾਂ ਦੀ ਮਹਿਲਾ ਜਿਹੜੀ ਕੀ ਆ ਪਹਿਲਾਂ 3 ਵਾਰ ਉਹਦੇ ਘਰ ਆ ਕੇ ਰੇਪ ਹੁੰਦਾ, ਪਰ ਰੇਪ ਹੋਣ ਤੋਂ ਬਾਅਦ ਉਦੋਂ ਬਾਅਦ 20 ਦਿਨ ਲਈ ਦੋਸ਼ੀ ਜਿਹੜਾ ਕੀ ਆ ਉਹ ਵੀ ਜਾਂ ਧਰਮਿੰਦਰ ਇਹਨਾਂ ਨੂੰ ਘਰੋਂ ਲੈ ਜਾਂਦਾ ਆ ਅਤੇ ਉਦੋਂ ਬਾਅਦ 20 ਦਿਨ ਉਹਨਾਂ ਨਾਲ ਰਹਿੰਦੇ ਆ, 20 ਦਿਨ ਰਹਿਣ ਤੋਂ ਬਾਅਦ ਫਿਰ ਦੁਬਾਰਾ ਕੁਛ ਦਿਨ ਇਹ ਭਾਈ ਸਾਹਿਬ ਕੋਲ ਰਹਿਣ ਤੋਂ ਬਾਅਦ ਮਹਿਲਾ ਫਿਰ ਜਾਣੀ ਕੀ ਆ ਉਹਨੂੰ ਜਬਰ ਜਨਾਹ ਦਾ ਲੈ ਕੇ ਜਾਇਆ ਜਾਂਦਾ ਜਬਰ ਜਨਾਹ ਲਈ, ਤੋਂ ਕਿਤੇ ਨਾ ਕਿਤੇ ਮਾਮਲਾ ਸੰਗੀਨ ਆ, ਮਾਮਲੇ ਦੀ ਤਹਿ ਤੱਕ ਜਾਣਾ ਜ਼ਰੂਰੀ ਆ। ਅਸੀਂ ਵੀ ਤਾਂ ਹੀ ਕਰਕੇ ਉਹ ਪ੍ਰਸ਼ਨ ਪੁੱਛਦੇ ਹਾਂ ਤਾਂ ਕਿ ਕਿਸੇ ਦੀ ਜ਼ਿੰਦਗੀ ਸਾਡੀ ਇੱਕ ਖਬਰ ਖਾਤਰ ਬਰਬਾਦ ਨਾ ਹੋ ਜਾਵੇ, ਪਰ ਜਦੋਂ ਇੱਥੇ ਆ ਕੇ ਮਾਣਯੋਗ ਕਮਿਸ਼ਨਰ ਸਾਹਿਬ ਅੱਗੇ ਧਰਨੇ ਲੱਗਣ ਦੀਆਂ ਗੱਲਾਂ ਜਾਂ ਹੋਰ ਸੰਸਥਾਵਾਂ ਵੱਲੋਂ ਪ੍ਰੈਸ਼ਰ ਪਾਇਆ ਜਾਂਦਾ, ਕਿਤੇ ਨਾ ਕਿਤੇ ਦਬਾਅ ਹੇਠ ਕਿਤੇ ਨਾ ਕਿਤੇ ਪਰਚੇ ਦਰਜ ਹੋ ਜਾਂਦੇ ਆ, ਪਰ ਪਰਚੇ ਦਰਜ ਤਾਂ ਹੋ ਜਾਂਦੇ ਆ ਪਰ ਜਿਹੜੀਆਂ ਜ਼ਿੰਦਗੀਆਂ ਬਰਬਾਦ ਹੁੰਦੀਆਂ ਉਹਨਾਂ ਦਾ ਕੌਣ ਜਾਣੀ ਜਾਣ ਹੋਏਗਾ, ਇੱਕ ਪਰਿਵਾਰ ਦੇ ਵਿੱਚ ਕੀ ਪਤਾ ਇਕੱਲਾ ਹੋਵੇ ਕਿ, ਕਿਉਂਕਿ ਜਦੋਂ ਇਸ਼ਕ ਹੁੰਦਾ ਤਾਂ ਉਸ ਲਈ ਅੰਨਾ ਹੁੰਦਾ, ਪਰ ਜਦੋਂ ਪਰਿਵਾਰ 'ਤੇ ਗੱਲ ਆ ਜਾਂਦੀ ਹੈ ਫਿਰ ਕਿਤੇ ਨਾ ਕਿਤੇ ਬੰਦੇ ਨੂੰ ਪੈਰ ਪਿੱਛੇ ਖਿੱਚਣੇ ਪੈ ਜਾਂਦੇ ਆ। ਸੋ ਇਸ ਮਾਮਲੇ ਵਿੱਚ ਵੀ ਕਿਤੇ ਨਾ ਕਿਤੇ ਅਸੀਂ ਸ਼ੱਕ ਨਾਲ ਦੇਖਦੇ ਹਾਂ। ਸੋ SHO ਸਾਨੇਹਾਲ ਨੂੰ ਫੋਨ ਕੀਤਾ, ਉਹਨਾਂ ਦਾ ਕਹਿਣਾ ਕਿ ਸਾਡੇ ਕੋਲ ਇੱਧਰ ਕੋਈ ਗੱਲ ਆਈ ਨਹੀਂ, ਜੇ ਆਉਂਦੀ ਹੈ ਤਾਂ ਅਸੀਂ ਉਹਨੂੰ ਪਹਿਲ ਦੇ ਆਧਾਰ 'ਤੇ ਨਿਬੇੜਾਂਗੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ, ਪੱਤਰਕਾਰ ਮਨੋਜ ਜੀ ਦਾ ਬੋਲਦਾ ਜੀ। ਹਾਂਜੀ ਸਰ, ਪੱਤਰਕਾਰ ਮਨੋਜ ਜੀ ਦਾ ਬੋਲਦਾ ਜੀ। ਹਾਂਜੀ ਹਾਂਜੀ ਪੱਤਰਕਾਰ ਸਾਹਿਬ। ਹਾਂਜੀ ਸਰ, ਬੇਨਤੀ ਕਰਨੀ ਸੀ ਵੀ ਇੱਕ ਨਾ ਤੁਹਾਡੇ ਇੱਥੇ ਇੱਕ ਕੁੜੀ ਨੇ ਤੁਹਾਡੇ ਖਿਲਾਫ਼ ਪ੍ਰੈਸ ਕਾਨਫਰੰਸ ਕਰ ਰਹੀ ਹੈ CP ਦਫ਼ਤਰ ਦੇ ਬਾਹਰ, ਵੀ ਉਹ ASI ਕੁਲਵਿੰਦਰ ਤੁਹਾਡਾ ਕੋਈ ਹੈਗਾ ASI ਉਹਨਾਂ ਖਿਲਾਫ਼, ਵੀ ਉਹ ਕਹਿੰਦੀ ਵੀ ਮੈਨੂੰ ਇੱਕ ਕੋਈ ਧਰਮਿੰਦਰ ਨਾਂ ਦਾ ਵਿਅਕਤੀ ਲੈ ਗਿਆ ਸੀ ਰਾਹ ਤੋਂ ਕਰ ਕੇ, ਉਹਨੇ ਮੈਨੂੰ 1 ਮਹੀਨਾ ਬਲਾਤਕਾਰ ਕੀਤਾ ਤੇ ਉਦੋਂ ਬਾਅਦ ਮੇਰਾ ਘਰ ਵਾਲਾ ਲੱਭਦਾ ਮੈਨੂੰ ਲਿਆ ਆ ਤੇ ਮੈਂ ਥਾਣੇ ਦਰਖਾਸਤ ਦਿੱਤੀ ਆ ਤੇ ਉਹ ਕੋਈ ਕਾਰਵਾਈ ਨੀ ਕਰਦੇ। ਅੱਜ ਉਹ ਮਾਨਯੋਗ CP ਸਾਹਿਬ ਮੂਹਰੇ ਪੇਸ਼ ਹੋਏ ਸੀ ਤੇ ਜਿੱਥੋਂ ਉਹਨਾਂ ਦਾ ਕਹਿਣਾ ਕਿ ਜਿਹੜੇ ਇਨਵੈਸਟੀਗੇਸ਼ਨ ਆ DCP ਕ੍ਰਾਈਮ ਹੁੰਡਲ ਸਾਹਿਬ ਉਹਨਾਂ ਵੱਲੋਂ ਫਟਾਫਟ ਕਿਹਾ ਗਿਆ ਵੀ ਇੱਥੇ ਔਨ ਮੈਰਿਟ ਪਰਚਾ ਦਰਜ ਕੀਤਾ ਜਾਵੇ। ਸਰ ਉਹ ਕਹਿੰਦੇ ਵੀ ਉਹਨਾਂ ਦਾ ਇਲਜ਼ਾਮ ਆ ਕਿ SHO ਸਾਹਿਬ ਨੇ ਸਾਡੀ ਗੱਲ ਨੀ ਸੁਣੀ ਤੇ ਕੁਲਵਿੰਦਰ ਸਿੰਘ ਸਾਨੂੰ ਦਬਕੇ ਮਾਰਦਾ, ਕਹਿੰਦਾ ਤੂੰ ਆਪਣੀ ਮਰਜ਼ੀ ਨਾਲ ਗਈ ਆ, ਉਹ ਕਿਹੜਾ ਤੈਨੂੰ ਫੈਲਾਵਾ ਦਾ ਕੁਲਵਿੰਦਰ ASI ਨਹੀਂ ਹੈਗਾ ਸਾਡੇ ਕੋਲੇ, ਪਹਿਲੀ ਗੱਲ ਤਾਂ ਸੀਗਾ ਨੀ। ਪੱਤਰਕਾਰ ਸਾਹਿਬ ਤੁਸੀਂ ਕਿਹੜੇ ਪੇਪਰ ਤੋਂ ਮੈਨੂੰ ਮਾੜਾ ਜਿਹਾ ਉਹਦਾ ਵੀ ਦੱਸ ਦੋ। ਠੀਕ ਸਰ, ਰੋਜ਼ਾਨਾ ਪ੍ਰਾਈਮੋ ਦੇ ਪੇਪਰ ਆ ਜੀ ਤੇ ਵੈਬ ਚੈਨਲ ਆ। ਰੋਜ਼ਾਨਾ ਪ੍ਰਾਈਮੋ ਪ੍ਰਾਈਮ ਉਦੇ ਠੀਕ ਆ ਜੀ। ਅਸੀਂ ਬ੍ਰਦਰ ਸਾਡੇ ਨਾਲ ਮਸਲਾ ਜੇ ਕੋਈ ਇਹੋ ਜਿਹਾ ਹੁੰਦਾ ਨੋਟਿਸ, ਅਸੀਂ ਤੁਰੰਤ ਕਾਰਵਾਈ ਕਰੀ ਦੀ ਆ, ਠੀਕ ਹੈ ਨੀ। ਜੇ ਕੋਈ ਹੋਇਆ ਪੇਸ਼ ਕੋਈ ਗੱਲ ਨੀ, ਉਹਦਾ ਰਾਈਟ ਆ ਪੇਸ਼ ਹੋ ਕੇ, ਕੋਈ ਆਪਣੀ ਐਪਲੀਕੇਸ਼ਨ ਦਿੱਤੀ ਆ, ਕੋਈ ਗੱਲ ਨੀ, ਅਸੀਂ ਫਿਰ ਵੀ ਵੈਰੀਫਾਈ ਕਰ ਲਾਂਗੇ, ਜੋ ਸਹੀ ਹੋ ਕਾਰਵਾਈ ਕਰ ਦਾਂਗੇ। ਸਿਮਰਨਜੀਤ ਕੌਰ ਆ ਜੀ ਕੁੜੀ ਜਿਹਨੇ ਆਪਣਾ ਸਿਮਰਨਜੀਤ ਕੌਰ ਕੋਈ ਗੱਲ ਨੀ ਜੀ, ਜਿਹੜੇ ਵੀ ਹੈਗੇ BCD ਸਾਡੇ ਕੋਲ 600 ਕੰਪਲੇਂਟ ਚੱਲ ਰਹੀਆਂ ਨੇ ਇਸ ਟਾਈਮ, ਅਸੀਂ ਜਿਹੜੀ ਵੀ ਕੋਈ ਸਾਡੇ ਕੋਲੇ ਹੁੰਦੀ ਆ ਅਸੀਂ ਉਹਦੀ ਮਤਲਬ ਬੜੀ ਤਨੋ ਮਨੋ ਤੁਹਾਨੂੰ ਸਾਰੀ ਸੁਣਵਾਈ ਕਰਦੇ ਆ, ਠੀਕ ਆ ਨੀ। ਲੋ ਮੈਂ ਤੁਹਾਡੀ ਕੁੜੀ ਸਿਮਰਨਜੀਤ ਕੌਰ ਹੀ ਖੜੀ, ਉਹਨਾਂ ਗੱਲ ਕਰਾਂਗਾ SHO ਸਾਹਿਬ ਆ ਗੱਲ ਕਰਦੇ, ਕਿਸੇ ਸੀਨੀਅਰ ਅਫਸਰ ਨੂੰ ਮਿਲਣਾ ਇਹਨੇ ਕੰਪਲੇਂਟ ਦਿੱਤੀ ਆ, ਕੋਈ ਗੱਲ ਨੀ ਉਹਦਾ ਰਾਈਟ ਆ ਦੇਣ ਦੇ। ਹੈਲੋ, ਸੋ ਕਮਿਸ਼ਨਰ ਸਾਹਿਬ ਵੱਲੋਂ ਕਿਹਾ ਗਿਆ ਕਿ ਇਹਨੂੰ ਔਨ ਮੈਰਿਟ ਦੇ ਹਿਸਾਬ ਨਾਲ ਫਰਸ਼ ਦੇ ਆਧਾਰ 'ਤੇ ਦੇਖਿਆ ਜਾਵੇ, ਇਸ ਤੋਂ ਪਰ ਮਾਮਲੇ ਨੂੰ ਜ਼ਰੂਰ ਤਹਿ ਤੱਕ ਦੇਖਣਾ ਚਾਹੀਦਾ ਤਾਂ ਕਿ ਕਿਸੇ ਦੀ ਜ਼ਿੰਦਗੀ ਬਰਬਾਦ ਨਾ ਹੋਵੇ। ਅੱਜ ਪ੍ਰਸ਼ਾਸਨ ਅਧਿਕਾਰੀਆਂ ਨੂੰ ਮਿਲਿਓ, ਕੀ ਕਹਿਣਾ ਹੈ ਪ੍ਰਸ਼ਾਸਨ ਅਧਿਕਾਰੀਆਂ ਦਾ? ਦੇਖੋ, ਬਹੁਤ ਹੀ ਵਧੀਆ ਇੱਥੋਂ ਦੇ ਮਾਣਯੋਗ CP ਸਾਹਿਬ ਨੇ ਜਿਨ੍ਹਾਂ ਨੇ ਕੁੜੀ ਦੀ ਬੜੇ ਪਿਆਰ ਨਾਲ ਗੱਲ ਸੁਣੀ ਔਰ ਉਹਨਾਂ ਨੇ DCP ਸਾਹਿਬ ਦੀ ਡਿਊਟੀ ਲਾਈ ਵੀ ਜੇ ਕੁੜੀ ਨੂੰ ਸਾਹਮਣੇ ਵਾਲੇ ਥਾਣੇ ਤੋਂ ਇਨਸਾਫ ਨਹੀਂ ਮਿਲਿਆ ਤਾਂ ਯਾਰ ਮੁੰਡੇ ਦੇ ਉੱਤੇ ਜੋ ਵੀ ਬਣਦੀ ਕਾਰਵਾਈ ਕਰੋ, ਵੀ ਜੇ ਕੁੜੀ ਆਪਣੀ ਇਹ ਇਨਵੈਸਟੀਗੇਸ਼ਨ ਕਰ ਲਿਓ, ਇਹ ਮਰਜ਼ੀ ਨਾਲ ਗਈ ਜਾਂ ਇਹਨੂੰ ਜਬਰਨ ਲੈ ਕੇ ਗਿਆ। ਤਾਂ ਕੁੜੀ ਨੇ ਇਹ ਗੱਲ ਕਹੀ ਕਿ ਮੈਨੂੰ ਸਰ ਜਬਰਨ ਲੈ ਕੇ ਗਿਆ ਵੀ ਬੱਚੇ ਨੂੰ, ਬੱਚੇ ਦੀ ਧਮਕੀ ਮੈਂ ਮਾਰ ਦੂੰਗਾ, ਘਰ ਵਾਲੇ ਨੂੰ ਮਾਰ ਦੂੰਗਾ, ਉਹਦੀ ਗੱਡੀ 'ਚ ਚਿੱਟਾ ਰਖਾ ਦੂੰਗਾ, ਜਿਹਦੇ ਡਰ ਤੋਂ ਇਹ ਚੁੱਪ ਰਹੀ। ਪਰ ਅੱਜ ਇਹ ਖੁੱਲ੍ਹ ਕੇ ਸਾਹਮਣੇ ਇਹਨੇ ਗੱਲ ਕੀਤੀ ਕਿ ਸਰ ਮੈਨੂੰ, ਮੈਂ ਆਪਣਾ ਘਰ ਕਰਨਾ ਚਾਹੁੰਦੀ ਹਾਂ, ਇਹ ਮੁੰਡਾ ਮੈਨੂੰ ਜਬਰਨ ਧੱਕੇ ਨਾਲ ਰੱਖਦਾ ਜੀ। ਔਰ CP ਸਾਹਿਬ ਨੇ ਕਿਹਾ ਤੁਸੀਂ ਇੱਥੇ ਪਰਚਾ ਦਰਜ ਕਰੋ। ਸੋ ਮੈਡਮ, ਤੁਸੀਂ ਇੱਕ ਮੇਲਾ ਨਾਲ ਆਏ ਹੋ, ਤੁਸੀਂ ਹਿਊਮਨ ਰਾਈਟ ਤੋਂ? ਹਾਂਜੀ। ਸੋ ਮੈਮ, ਕਿੱਦਾਂ ਦੇ ਦਿਓ ਪੂਰੇ ਮਾਮਲੇ ਨੂੰ, ਕਿਉਂਕਿ
कई दो जिंदगियां नाल काफी परिवार भी नाल जुड़े। देखो दो जिंदगियां दे नाल परिवार पूरा तुहाडे सामने ही है, बेचारे किदां वेलांदे पे निक्का जे बच्चे दी धमकियां दे दे के अगले ने गलत काम करदा रहा, हुण कुड़ी ने दरखास्त दित्ती। देखो कोई भी औरत अपनी मिट्टी कदी नहीं पट्टेगी, जे ओह गलत होगी तो सीधे ओहदे नाल रलूगी, शरेआम रहूगी, उन्होंने की जरूरत इहदे कोलों की लैणा उहने। मैं कुड़ी नूं इक साइड सैपरेट पुछिआ, मैं कहा देख कुड़िए डरन की कोई जरूरत नहीं, अपने घर वाले को किसी, मैं तेरे नाल खलोनी आ, जो तू कहेंगी वह होएगा। मैं कहा जे तेरी उहदे सैटिंग है मैं तेरा उन्होंने तोड़ देनी तेनों हूने। कहती मेरी कोई दीदी सैटिंग नहीं, मैं अपने घर वाले नाल रहना चाहनी हाँ, प्लीज़ मेरी इन्नी हैल्प कर दो, मेरे पिछों गंद ला दो। मैं ठीक है जी तेरे नाल आ जी, तो बुलाओगे सिमरन? सिमरन अज तुहाडे नाल ह्यूमन राइट वाले भी आए हैं, ठीक है, तो एक तुसी माड़ा जिहा बांध खाओगे माड़ी जी, तो एक टैटू बोबी नाम का बनवाया होया सर, जबरदस्ती बनवाया गया वा, उन्हें भी मेरा नाम पागलों की तरह ना वे वे अखर लिखा होया। उन्होंने मैं कहा सीगा जो मैं हूँ गई हाँ कि तू आ नाम वगैरह मेरा मिटे दे, कहना कोई गल नहीं मैं तेनों प्यार करता वा, मतलब उस तो बाद उन्हें ना नकोदर जाके नकोदर लैके गया मैनू, उत्थे जाके टैटू करवाया, चाहे जे कंप्ले सारा कुछ होने तो बाद उत्थे जाके तुसीं पुछ सकदे हो कि कहे तरीके नाल उन्हें, कहिंदा मैं क्या मैं नहीं करवाना है, उन्हें जबरदस्ती करवाता सर जी। सो जबरजना तो बाद टैटू भी जबरदस्ती बनाया गया तुहाडे कहन दे मुताबिक, सो पक्का हुण तुसीं उन्हां दे घर वी ही कराना चाहुंदे हो? हाँ जी सर, परचा करवाना चाहुंदी हां सर मैं, परचा करवाना। हाँ जी देखो परेशान है भैया, परेशान है तद्दी इन्ना एक्शन लै रही है, नाले कौन कोई भी होवे लेडीज़ आप भी हाँ कभी अपनी मिट्टी पट्टांगे, जे सानू कोई तकलीफ होगी तो आप करांगे हल कहांगे। जे कल सिमरन कोई तुहाडियां रिकॉर्डिंग सामने आ जाती है, जो थोड़ी आपसी वार्तालाप गल सामने आ जाती है, किसी वेले इदा हुंदा भी साडा प्यार हो जाता इश्क हो जाता, पर कोई कारण हुंदा भी साडा गुस्सा किला हो जाता, फिर असी इदा दे वैरी भी बन जांदे इक दूजे दे। जे कल तुहाडे कोई रिकॉर्डिंग्स आ जांदियां जां होर कुछ आ जांदा, प्रशासन अधिकारियों का भी बहुत सारे कानून की जो कानून करेगा और ठीक ही करेगा जी। हाँ जी, सो ताड़ी कोई जाने की इधर ही रिकॉर्डिंग है, तो नहीं लगता भी थोड़ा आपसी कोई इधर है उन्होंने? नहीं सर, उन्होंने जबरदस्ती तो रखा जाता सी, लॉक च रखा जाता सी, ओदे रिकॉर्डिंग्स की होनगियां दसो मैनू, जे एक मार पिट के ओदी वीडियो बनाई। मैं साडा पुछना पार्ट ऑफ इन्वेस्टिगेशन आ, अज कहिंदे आ वी मैनू जबरदस्ती रखिया, कल नू हो सकदा इन्हां दी कल नू अपने बचाव पक्ष विच जे ओदे कोल रिकॉर्डिंगां होण वी इह दोनों एक दूजे नाल प्यार करदे सी, गल्लां करदे सी, अपनी मर्जी नाल आए आ, फिर एक फिर पार्ट दे विच एक गलत बयानबाजी आ जांदी वी असीं किसी नूं गलत गुमराह कर रहे हैं, पर उहदी कोई गल ही नहीं हुंदी सी, उहनें जो सानूं सारिआं नूं दस्सिआ कि मैनूं जबरदस्ती बच्चे नूं पकड़ के कहिंदा मैनूं मार देणा तूं मेरे नाल तुर, उहनूं लै गिआ। ਹੁਣ ਇਹਨਾਂ ਨੇ ਕਿਹਾ ਵੀ ਨਕੋਦਰ ਵੀ ਗਏ, ਬੱਚੇ ਨੂੰ ਘਰ ਰੱਖ ਕੇ ਜਾਂਦਾ ਰਿਹਾ ਨਾ ਬੱਚੇ ਨੂੰ, ਨਕੋਦਰ ਜਦੋਂ ਕਿ ਬੱਚਾ ਕਰੇ ਸੀ? ਹਾਂਜੀ ਸਰ ਕਰੇ ਸੀ, ਉਹਨੂੰ ਕਹਿੰਦਾ ਸੀ ਬਣਵਾ ਦੇਣਾ ਪਿੱਛੋਂ ਅਤੇ ਡਰ ਦੇ ਨਾਲ ਵਿਚਾਰੀ ਸਭ ਕੁਛ ਕਰਦੀ ਰਹੀ ਜੀ। ਸੋ ਮਾਮਲਾ ਦੇਖਦੇ ਹਾਂ ਹੁਣ ਕੀ ਸਿੱਟੇ ਸਾਹਮਣੇ ਆਉਂਦੇ ਆ, ਸੋ ਦੇਖਦੇ ਹਾਂ ਇਸ ਮਾਮਲੇ ਵਿੱਚ ਕੀ ਰੰਗਤ ਆਉਂਦੀ ਆ। ਨਵੀਂ ਅਪਡੇਟ ਜੁੜੇ ਰਹੋ ਸਾਡੇ ਨਾਲ, ਦੇਖਦੇ ਰਹੋ ਪ੍ਰਾਈਮ ਨਿਊਜ਼ ਚੈਨਲ, ਕੈਮਰਾਮੈਨ ਰੋਹਿਤ ਦੇ ਨਾਲ ਮਨੋਜ ਹੀਰਾ।